संत गुरु नानक देव महाराज जी के पावन यात्रा प्रति
जी को नमस्कार करेंगे। धन धन श्री गुरु ग्रंथ साहिब सच्चे पातशाह जी अपने वाहेगुरु जी का खालसा वाहेगुरु जी की फतेह। धन श्री गुरु नानक देव पातशाह जी ने यह निर्मल पंथ जिथे चलाया उत्थे इसे धरती तो सतगुरु जी ने दो पवित्र रवायतां भी सिखां नूं बख्शी कीतियां। पहला सतगुरु नूं सिख नूं गुर शब्द दे नाल जोड़िया तां कि गुरु का सिख गुर शब्द तो सोझी लै के इस दुनियावी पदार्थों तो दूर रहे। दूसरा सतगुरु जी ने जिन्हां भी किरतां सतगुरु जी ने पाईआं उहदे विच सब तो मुढ़ली किरत सी धर्म की किरत करनी, फिर उहदे विच सी वंड के छकणा ते नाम जपना। उस वेले दे बहुत हट्टी तप्पी जिहड़े छड के गृहस्त नूं जंगलां च चले जांदे सी, धूने तपाउंदे सी, शरीरां नूं कष्ट दिंदे सी, सतगुरु जी ने गृहस्थ दा आश्रम आप धारण करके अपने सिखां नूं इह सोझी भी बख्शिश कीती कि गुरु का सिख अपने परिवार दे विच रह के गृहस्थी दा मार्ग धारण करके गुर शब्द दे नाल जुड़ के इस भव सागर नूं पार कर सकदा। सो मैं अज सतगुरां दे इस ब्याह गुरपुरब की सारी संगत नूं बहुत बहुत बधाई दिंदा, कामना भी करदा सतगुरु जी तुसीं जिहड़ियां मानसिकता मर चुकियां सी उहनां नूं मूल मंत्र दा पवित्र जाप करके उहनां दी मानसिकता तकड़ी कीती ते अज इह नगर कीर्तन दे रूप दे विच जा के शाम नूं बटाला साहिब विखे जा के समाप्त होऊगा। सो गुरु साहिब कृपा करन, बख्शिश करन, जिथे सारिआं नूं वधाई भी दिंदा उत्थे कामना भी करदा गुरु का सिख पवित्र गुरबाणी दे नाल जुड़े, गुरु सिद्धांत दे नाल जुड़े। आ अजोके समय दे विच बहुत वड्डे पद्धर दे उत्ते संस्थावां नूं इक मारन दा पछाण सुटण दा बड़ा वड्डा जिहड़ा जतन जारी आ, पर गुरु नानक देव पातशाह जी ने जिसले इह पवित्र सिद्धांत एक ओंकार दा इत्थों सिखां नूं बख्शिश कीता सी, लोकाई नूं बख्शिश कीता सी, ते लोकां ने धर्म दे विच वड्डियां पाउण वालिआं ने बड़ा विरोध कीता सी, पर सतगुरु जी ने पवित्र गुरबाणी गुर शब्द का छिट्टा दे के वह मानसिक रूहां जिहड़ियां मर चुकियां सी उहनां नूं मुड़ उजागर किया। एक झंडे के थले सतगुरु जी ने एक ओंकार के पवित्र सिद्धांत थले समुची लकाई नूं इह जिहड़ा सिद्धांत बख्शिश किया। अज भी सानूं
ਪਿਰਤਾਂ ਦੇ ਉੱਤੇ ਕਿਉਂਕਿ ਵੱਖ ਵੱਖ ਸਮਾਜ ਦੇ ਵਿੱਚ ਵੰਡੇ ਹੋਏ ਆ ਇੱਕ ਸੁਰਤਾ ਦੇ ਨਾਲ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਵਿੱਤਰ ਸਿਧਾਂਤ ਗੁਰਬਾਣੀ ਨੂੰ ਸਮਰਪਿਤ ਹੋ ਕੇ ਆਪਣੀ ਜ਼ਿੰਦਗੀ ਨੂੰ ਜੀਓ ਫਿਰ ਦੁਬਾਰਾ ਦਿਲ ਦੀਆਂ ਡਗਾਈਆਂ ਤੋਂ ਬਹੁਤ ਬਹੁਤ ਵਧਾਈ ਮੇਰੇ ਨਾਲ ਮੇਰੇ ਸਤਿਕਾਰਯੋਗ ਮੈਂਬਰ ਗੋਰਾ ਜੀ ਜਿਹੜੇ ਗੁਰਦਾਸਪੁਰੋਂ ਆਏ ਆ ਸਰਦਾਰ ਸਰਵਣ ਸਿੰਘ ਕੁਲਾਰ ਸਰਦਾਰ ਜਰਨੈਲ ਸਿੰਘ ਜੀ ਸਾਡੇ ਮੈਂਬਰ ਐਸ ਜੀ ਪੀ ਸੀ ਮੇਰੀ ਭੈਣ ਬੀਬੀ ਗੁਰਪ੍ਰੀਤ ਰੂਹੀ ਕਲਿਆਣ ਸਾਹਿਬ ਸਾਡੇ ਜਲੰਧਰ ਤੋਂ ਮੈਂਬਰ ਆ ਡੀ ਸੀ ਸਾਹਿਬ ਐਸ ਡੀ ਐਮ ਸਾਹਿਬ ਔਰ ਸਰਦਾਰ ਸਵਰਨ ਸਿੰਘ ਜੀ ਬਹੁਤ ਸਾਰੇ ਹੋਰ ਜੁਝਾਰੂ ਵੀਰ ਜਿਹੜੇ ਇਸ ਨਗਰ ਕੀਰਤਨ 'ਚ ਆਪਣਾ ਯੋਗਦਾਨ ਪਾਉਂਦੇ ਉਹ ਵੀ ਸਾਰੇ ਪਹੁੰਚੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੇਜਰ ਸਾਹਿਬ ਅਤੇ ਉੱਧਰੋਂ ਸਾਡੇ ਸਤਿਕਾਰਯੋਗ ਐਡਮਿਨਿਸਟ੍ਰੇਸ਼ਨ ਦੇ ਹੋਰ ਕਰਿੰਦੇ ਵੀ ਸਾਰੇ ਪਹੁੰਚੇ ਆ ਇੱਕੋ ਹੀ ਬੇਨਤੀ ਕਰਦਾ ਸਤਿਗੁਰ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਨੂੰ ਗੁਰੂ ਕਰਕੇ ਤਾਂ ਜਾਣਨਾ ਹੀ ਆ ਗੁਰ ਕੀ ਬਾਣੀ ਤੋਂ ਆਪਣੀ ਸੇਧ ਲੈ ਕੇ ਜ਼ਿੰਦਗੀ ਨੂੰ ਵੀ ਜੀਣਾ ਇਹੋ ਹੀ ਸਤਿਗੁਰੂ ਜੀ ਦਾ ਸਿਧਾਂਤ ਆ ਵਾਹਿਗੁਰੂ ਜੀ ਕਾ ਖਾਲਸਾ ਤਸਵੀਰਾਂ ਸੁਲਤਾਨਪੁਰ ਲੋਧੀ ਦੇ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਬਾਹਰ ਦੀਆਂ ਨੇ ਕਿਉਂਕਿ ਅੱਜ ਇੱਕ ਖਾਸ ਪਵਿੱਤਰ ਦਿਹਾੜੇ 'ਤੇ ਅੱਜ ਇਸ ਨਗਰ ਕੀਰਤਨ ਨੂੰ ਕੱਢਿਆ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਗਤ ਜਲੰਧੇ ਦੇ ਤਾਰਨਹਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਦੇਵੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਜਿਹੜੀਆਂ ਤਿਆਰੀਆਂ ਰਚਾਈਆਂ ਗਈਆਂ ਨੇ ਔਰ ਇਸ ਬਰਾਤ ਰੂਪੀ ਨਗਰ ਕੀਰਤਨ ਦਾ ਜਿਹੜਾ ਆਗਾਜ਼ ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਹੋ ਚੁੱਕਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪਾਲਕੀ ਸਾਹਿਬ ਦੀਆਂ ਤਸਵੀਰਾਂ ਨੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਰਹਿਨੁਮਾਈ ਦੇ ਹੇਠ ਇਸ ਨਗਰ ਕੀਰਤਨ ਨੂੰ ਕੱਢਿਆ ਜਾ ਰਿਹਾ ਹੈ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਸੰਗਤਾਂ ਦੇ ਵਿੱਚ ਉਤਸ਼ਾਹ ਭਰਿਆ ਹੋਇਆ ਹੈ ਔਰ ਸੰਗਤਾਂ ਦਾ ਜਿਹੜਾ ਸਲਾਬ ਉਮੜ ਆਇਆ ਹੈ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਇਸ ਪਵਿੱਤਰ ਦਿਹਾੜੇ 'ਤੇ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਨੇ ਔਰ ਗੁਰੂ ਸਾਹਿਬਾਨ ਦਾ ਜਿਹੜਾ ਆਸ਼ੀਰਵਾਦ ਨੂੰ ਪ੍ਰਾਪਤ ਕਰਨ ਲਈ ਇਸ ਪਵਿੱਤਰ ਦਿਹਾੜੇ ਦੇ ਉੱਤੇ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਔਰ ਕੋਸ਼ਿਸ਼ ਕੀਤੀ ਜਾਵੇਗੀ ਕਿ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂ ਮੈਂਬਰ ਨੇ ਮੈਂਬਰ ਸਾਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ ਕਿਉਂਕਿ ਰਾਜਨੀਤਿਕ ਸਮਾਜਿਕ ਗਲਿਆਰਿਆਂ ਦੇ ਵਿੱਚੋਂ ਉੱਠ ਕੇ ਕਾਫੀ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ ਐਸ ਜੀ ਪੀ ਸੀ ਮੈਂਬਰ ਮੇਰੇ ਨਾਲ ਮੌਜੂਦ ਨੇ ਬਹੁਤ ਪਵਿੱਤਰ ਦਿਹਾੜਾ ਹੈ ਅੱਜ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਮੁੜ ਤੋਂ ਜਿਹੜੀ ਪਵਿੱਤਰ ਨਗਰੀ ਇੱਕ ਵਾਰੀ ਫਿਰ ਦੁਬਾਰਾ ਤੋਂ ਗੁਰੂ ਸਾਹਿਬਾਨ ਦੇ ਆਸ਼ੀਰਵਾਦ ਸਦਕਾ ਸੱਜ ਚੁੱਕੀ ਹੈ ਕੀ ਕਹਿਣਾ ਅੱਜ ਦੇ ਮੌਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਨਿਰੰਕਾਰੀ ਜੋਤ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਵੱਡੇ 'ਤੇ ਕਿਰਪਾ ਕੀਤੀ ਜਿੱਥੇ ਉਹਨਾਂ ਨੇ ਧਰਮ ਦੀ ਕਿਰਤ ਕਰਨ ਦਾ ਨਾਮ ਜਪਣ ਦਾ ਵੰਡ ਛਕਣ ਦਾ ਸੰਦੇਸ਼ ਦਿੱਤਾ ਉੱਥੇ ਯੋਗੀ ਜਿਹੜੇ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਚਲ ਗਏ ਸੀ ਔਰ ਸਾਰਾ ਹੀ ਗ੍ਰਹਿਸਤੀਆਂ ਨੂੰ ਬੜਾ ਮਾੜਾ ਕਹਿੰਦੇ ਸੀ ਧੰਨ ਗੁਰੂ ਨਾਨਕ ਸਾਹਿਬ ਨੇ ਸਮੁੱਚੀ ਮਨੁੱਖਤਾ 'ਤੇ ਬਹੁਤ ਵੱਡਾ ਪਰਉਪਕਾਰ ਕੀਤਾ ਔਰ ਇਹ ਗ੍ਰਹਿਸਥ ਜੀਵਨ ਨੂੰ ਪ੍ਰਧਾਨਤਾ ਦਿੰਦੇ ਹੋਏ ਆਪ ਉਹਨਾਂ ਨੇ ਆਨੰਦ ਕਾਰਜ ਕਰਾ ਕੇ ਇਹ ਸਾਨੂੰ ਇੱਕ ਨਵੀਂ ਪਿਰਤ ਪਾਈ ਤੋ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀਆਂ ਪਹਿਲਾਂ ਸਮੁੱਚੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦੂਸਰਾ ਸੰਗਤਾਂ ਨੂੰ ਜੋ ਧੰਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਅਸੀਂ ਆਓ ਉਹਨਾਂ ਦੇ ਪਾਏ ਹੋਏ ਪੂਰਨੀਆਂ 'ਤੇ ਚੱਲ ਕੇ ਇਸ ਗ੍ਰਹਿਸਥ ਵਿੱਚ ਰਹਿੰਦੇ ਹੋਏ ਨਾਮ ਜਪ ਕੇ ਵੰਡ ਛੱਕ ਕੇ ਕਿਰਤ ਕਰਕੇ ਧਰਮ ਦੀ ਕਿਰਤ ਕਰਕੇ ਆਪਾਂ ਜੀਵਨ ਸਫਲਾ ਕਰ ਸਕਦੇ ਹਾਂ ਤੋ ਅੱਜ ਬਹੁਤ ਵੱਡੀ ਗਿਣਤੀ ਵਿੱਚ ਬਟਾਲਾ ਤੋਂ ਧਰਤੀ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ ਵਿਆਹ ਲੈ ਗਏ ਸੀਗੇ ਉੱਥੇ ਦੀ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਈ ਆ ਔਰ ਇੱਥੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਸਾਰੀਆਂ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ ਆ ਪ੍ਰਸ਼ਾਸਨ ਨੇ ਸ਼ਮੂਲੀਅਤ ਕੀਤੀ ਆ ਸਾਡੇ ਪ੍ਰਧਾਨ ਸਾਹਿਬ ਚੇਚੇ ਤੌਰ 'ਤੇ ਇਸ ਵਿਆਹ ਪਰਵ ਨੂੰ ਉਹਦੇ ਨਗਰ ਕੀਰਤਨ ਨੂੰ ਤੋਰਨ ਵਾਸਤੇ ਆਏ ਆ ਤੋ ਸਮੁੱਚੀਆਂ ਸੰਗਤਾਂ ਨੂੰ ਜਿੱਥੇ ਬਹੁਤ ਬਹੁਤ ਵਧਾਈ ਉੱਥੇ ਇਹ ਅਰਦਾਸ ਬੇਨਤੀ ਵੀ ਸੱਚੇ ਪਾਤਸ਼ਾਹ ਕਿਰਪਾ ਕਰੇ ਅਸੀਂ ਵਹਿਮਾਂ ਭਰਮਾਂ ਸਾਰੀਆਂ ਗੱਲਾਂ ਤੋਂ ਉੱਠੇ ਉੱਠ ਕੇ ਅੱਜ ਜੋ ਅਜੋਕਾ ਸਮਾਂ ਅੱਜ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ 'ਤੇ ਪਹਿਰਾ ਦੇ ਕੇ ਉਹਨਾਂ ਦੇ ਆਪਣਾ ਜੀਵਨ ਸਫਲਾ ਕਰੀਏ ਕਿਉਂਕਿ ਪਹੀ ਪ੍ਰਾਪਤ ਮਾਨੁਖ ਦੇ ਮੁਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਧੰਨ ਗੁਰੂ ਨਾਨਕ ਸਾਹਿਬ ਸਾਰੇ ਜਗਤ ਨੂੰ ਉਤਾਰਨ ਵਾਸਤੇ ਆਏ ਸਮੁੱਚੀ ਮਾਨਵਤਾ ਵਾਸਤੇ ਸਾਂਝਾ ਉਪਦੇਸ਼ ਦਿੱਤਾ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਇਸ ਕਰਕੇ ਆਓ ਆਪਾਂ ਸਮੁੱਚੀ ਮਾਨਵਤਾ ਵਾਸਤੇ ਇੱਕ ਸਾਂਝਾ ਉਪਦੇਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ ਅਤੇ ਉਹਨਾਂ ਨੂੰ ਆਪਣਾ ਸਾਰੇ ਉਹਨਾਂ ਦੇ ਅਸੂਲਾਂ ਮੁਤਾਬਕ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ ਸਮੁੱਚੀ ਸੰਗਤ ਨੂੰ ਸਮੁੱਚੇ ਭਾਈਚਾਰੇ ਨੂੰ ਜਿੰਨੀਆਂ ਵੀ ਸੰਗਤਾਂ ਆਈਆਂ ਪੱਤਰਕਾਰ ਭਾਈਚਾਰੇ ਜਿੰਨਾ ਵੀ ਆਇਆ ਸਾਰਿਆਂ ਨੂੰ ਅੱਜ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਔਰ ਇਸ ਵਾਰ ਦੇ ਪ੍ਰਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਿਛਲੀ ਵਾਰ ਨਾਲੋਂ ਕੀ ਖਾਸ ਰਹਿਣ ਵਾਲਾ ਇਸ ਬਰਾਤ ਰੂਪੀ ਨਗਰ ਕੀਰਤਨ? ਦੇਖੋ ਵਧੀਆ ਪ੍ਰਸ਼ਾਸਨ ਨੂੰ ਜੋ ਅਸੀਂ ਬੇਨਤੀਆਂ ਕੀਤੀਆਂ ਪਹਿਲਾਂ ਮੀਟਿੰਗਾਂ ਕਰਕੇ ਉਹਨਾਂ ਨੇ ਉਹ ਸਾਡੀਆਂ ਬੇਨਤੀਆਂ ਪ੍ਰਵਾਨ ਕੀਤੀਆਂ। ਅੱਜ ਡੀ ਸੀ ਸਾਹਿਬ ਖੁਦ SDM ਸਾਰੇ ਜੱਜ ਨਗਰ ਕੀਰਤਨ ਨੂੰ ਸ਼ੁਰੂਆਤ ਕਰਨ ਵਾਸਤੇ ਆਏ ਆ। ਹੁਣ ਪੂਰਾ ਸੁਚੱਜਾ ਪ੍ਰਬੰਧ ਉਹਨਾਂ ਨੇ ਕੀਤਾ ਹੈਗਾ, ਇਸ ਕਰਕੇ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਜੋ ਉਹਨਾਂ ਤੋਂ ਅਸੀਂ ਮੰਗਾਂ ਰੱਖੀਆਂ ਸੀ ਉਹ ਸਾਰੀਆਂ ਉਹਨਾਂ ਨੇ ਪੂਰੀਆਂ ਕੀਤੀਆਂ, ਸਾਰੇ ਬੜਾ ਸਹਿਯੋਗ ਕਰ ਰਹੇ ਜੀ। ਜੀ ਬਿਲਕੁਲ, ਰਾਜਨੀਤਿਕ ਗਲਿਆਰਿਆਂ ਦੇ ਜੋ ਹਾਲਾਂਕਿ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜਰ ਮੇਰੇ ਨਾਲ ਮੌਜੂਦ ਨੇ ਜਰਨੈਲ ਸਿੰਘ ਬੁਲੇ। ਮੈਨੇਜਰ ਸਾਹਿਬ ਕਿਹੋ ਜਿਹੀਆਂ ਤਿਆਰੀਆਂ ਨੇ ਇਸ ਵਾਰ ਲੈ ਕੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਧੰਨ ਧੰਨ ਮਾਤਾ ਸੁਲੱਖਣੀ ਜੀ ਦਾ ਵਿਆਹ ਪੂਰਬ ਜੋ ਕੱਲ੍ਹ 22 ਸਤੰਬਰ ਨੂੰ ਬਟਾਲੇ ਦੀ ਧਰਤੀ 'ਤੇ ਬੜੇ ਵੱਡੇ ਪੱਧਰ 'ਤੇ ਮਨਾਇਆ ਜਾ ਰਿਹਾ, ਉਸ ਨੂੰ ਸਮਰਪਿਤ ਅੱਜ ਇੱਕ ਨਗਰ ਕੀਰਤਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ 'ਤੇ ਜਿਹੜਾ ਜਾ ਕੇ ਸਮਾਪਤ ਹੋਵੇਗਾ। ਔਰ ਨਗਰ ਕੀਰਤਨ ਦੇ ਵਿੱਚ ਜਿਹੜੀ ਇਹ ਸੰਗਤਾਂ ਦਾ ਬਹੁਤ ਉਤਸ਼ਾਹ ਹੈ। ਇਹ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਜਿਹੜਾ ਨਗਰ ਕੀਰਤਨ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਇਆ। ਔਰ ਦੇਖੋ ਕਿ ਇਹਦੇ ਵਿੱਚ ਸੰਗਤਾਂ ਜਿਹੜੀਆਂ ਬਹੁਤ ਬੜੇ ਉਤਸ਼ਾਹ ਦੇ ਨਾਲ ਜਿਹੜੀਆਂ ਉਹ ਭਾਗ ਲੈ ਰਹੀਆਂ, ਜਿਹੜੀਆਂ ਨਗਰ ਕੀਰਤਨ ਦੀਆਂ ਤਿਆਰੀਆਂ ਉਹ ਬਿਲਕੁਲ ਜਿਹੜੀਆਂ ਸਾਡੀਆਂ ਪੂਰੀਆਂ, ਅਤੇ ਇਸ ਕਰਕੇ ਨਗਰ ਕੀਰਤਨ ਆਰੰਭ ਕੀਤਾ ਗਿਆ ਹੈ। ਇਹ ਨਗਰ ਕੀਰਤਨ ਆਰੰਭ ਕਰਨ ਲਈ ਸਾਡੇ ਬਹੁਤ ਹੀ ਮਾਣਯੋਗ ਸਤਿਕਾਰਯੋਗ ਪ੍ਰਧਾਨ ਸਾਹਿਬ ਜਥੇਦਾਰ ਰਜਿੰਦਰ ਸਿੰਘ ਝਾਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਉਹ ਆਪ ਆਣ ਕੇ ਜਿਹੜਾ ਵੀ ਧੰਨ ਧੰਨ ਗੁਰੂ ਨਾਨਕ ਦੇਵ ਦੀਆਂ ਔਰ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਆਪ ਨਗਰ ਕੀਰਤਨ ਜਿਹੜਾ ਉਹ ਆਰੰਭ ਕਰਕੇ ਗਏ ਨੇ। ਇਸ ਕਰਕੇ ਮਾਤਾ ਸੁਲੱਖਣੀ ਜੀ ਅਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਦੀਆਂ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮੈਨੇਜਰ ਸਾਹਿਬ ਦੇਖ ਰਹੇ ਹਾਂ ਕਿ ਸਵੇਰ ਦਾ ਹੀ ਵੇਲਾ, ਹਾਲਾਂਕਿ 6 ਵਜੇ ਤੋਂ ਬਾਅਦ ਜਿਵੇਂ ਨਗਰ ਕੀਰਤਨ ਦਾ ਆਗਾਜ਼ ਹੋਇਆ, ਪਰ ਸੰਗਤਾਂ ਦਾ ਸਲਾਬ ਕਹਿ ਸਕਦੇ ਕਾਫੀ ਉਮੜ ਆਇਆ। ਕੀ ਸੋਚਦੇ ਹੋ ਕਿ ਗੁਰੂ ਨਗਰੀ ਹੈ ਔਰ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ, ਸਥਾਨਕ ਸੰਗਤਾਂ, ਕਾਫੀ ਸਲਾਬ ਦੇਖਣ ਨੂੰ ਮਿਲ ਰਿਹਾ, ਵੱਖਰਾ ਕੁਝ ਦੇਖਣ ਨੂੰ ਮਿਲ ਰਿਹਾ ਇਸ? ਧੰਨ ਧੰਨ ਗੁਰੂ ਨਾਨਕ ਜੀ ਜਿਹੜੇ ਜਗਤ ਦੇ ਗੁਰੂ ਨੇ, ਇਸ ਕਰਕੇ ਇਹ ਗੁਰੂ ਨਾਨਕ ਜੀ ਦਾ ਵਿਆਹ ਪੂਰਬ ਦਾ ਨਗਰ ਕੀਰਤਨ ਹੋਵੇ ਅਤੇ ਸੰਗਤਾਂ ਉਮੜ ਕੇ ਨਾ ਆਉਣ, ਇਸ ਕਰਕੇ ਵੇਖੋ 6 ਵਜੇ ਆਰੰਭ ਕਰਨਾ ਸੀ, ਤਕਰੀਬਨ 6:15 ਜਿਹੜਾ ਉਹ ਆਰੰਭ ਨਗਰ ਕੀਰਤਨ ਕਰ ਦਿੱਤਾ ਗਿਆ। ਅਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਗੁਰਪੁਰਬ ਹੈ ਜਾਂ ਗੁਰੂ ਨਾਨਕ ਦੇਵ ਕੋਈ ਵੀ ਪੁਰਬ ਆਉਂਦਾ, ਅਤੇ ਸੰਗਤਾਂ ਜਿਹੜੀਆਂ ਆਲ ਵਰਲਡ ਦੇ ਵਿੱਚ ਜਿਹੜਾ ਵੱਡੇ ਪੱਧਰ 'ਤੇ ਮਨਾਉਂਦੀਆਂ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਜਗਤ ਦੇ ਗੁਰੂ ਨੇ, ਇਸ ਕਰਕੇ ਜਿਹੜੀਆਂ ਸੰਗਤਾਂ ਅੱਜ ਸੁਬਾਹ ਹੀ 5 ਵਜੇ ਤੋਂ ਹੀ ਲੈ ਕੇ ਜਿਹੜੀਆਂ ਗੁਰਦੁਆਰਾ ਰਾਤ ਤੋਂ ਹੀ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀਆਂ ਉਹ ਨਤਮਸਤਕ ਹੋ ਰਹੀਆਂ, ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ। ਧੰਨਵਾਦ ਮੈਂ ਸਾਹਿਬ। ਔਰ ਰਾਜਨੀਤਿਕ ਗਲਿਆਰਿਆਂ ਦੇ ਵਿੱਚੋਂ ਰਾਣਾ ਵਿਧਾਇਕ ਰਾਣਾ ਇੰਦਰ ਪ੍ਰਤਾਪ ਮੇਰੇ ਨਾਲ ਮੌਜੂਦ ਨੇ। ਰਾਣਾ ਜੀ, ਇਸ ਮੌਕੇ ਪਹੁੰਚੇ ਹੋ, ਪਵਿੱਤਰ ਦਿਹਾੜਾ ਹੈ, ਕੀ ਕਹਿਣਾ ਅੱਜ ਦੇ ਮੌਕੇ? ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ 536ਵੀਂ ਜਿਹੜਾ ਵਿਆਹ ਦਾ ਸਮਾਗਮ ਮਨਾਇਆ ਜਾ ਰਿਹਾ, ਮੈਂ ਪੰਜਾਬ 'ਚ ਅਤੇ ਪੰਜਾਬ ਤੋਂ ਬਾਹਰ ਵੱਸਦੀ ਸਾਰੀ ਗੁਰੂ ਨਾਨਕ ਨਾਮ ਲੇਵਾ ਜਿਹੜੀ ਸੰਗਤ ਆ ਉਹਨਾਂ ਨੂੰ ਇਸ ਮੌਕੇ ਦੀ ਬਹੁਤ ਬਹੁਤ ਵਧਾਈ ਦਿੰਦਾ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਦਾ ਕਿ ਜਿਵੇਂ ਹਰ ਸਾਲ ਨਗਰ ਕੀਰਤਨ ਸੁਲਤਾਨਪੁਰ ਲੋਧੀ ਸਾਹਿਬ ਤੋਂ ਸ਼ੁਰੂ ਹੋ ਕੇ ਬਟਾਲੇ ਲਈ ਜਾਂਦਾ ਆ, ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਗੁਰੂ ਸਾਹਿਬ ਕਿਰਪਾ ਕਰਨ ਅਤੇ ਹਰ ਸਾਲ ਸੰਗਤ ਵਧੀ ਜਾਂਦੀ ਹੈ, ਅਤੇ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਸ ਦਿਹਾੜੇ ਨੂੰ ਅਸੀਂ ਵੱਧ ਚੜ੍ਹ ਕੇ ਮਨਾਈਏ। ਬਿਲਕੁਲ ਰਾਣਾ ਜੀ, ਇਸ ਵਾਰ ਦੇਖਿਆ ਜਾਵੇ ਤਾਂ ਕਾਫੀ ਸੰਗਤ ਉਮੜੀ ਹੈ, ਸਲਾਬ ਕਾਫੀ ਸੰਗਤ ਦਾ ਉਮੜਿਆ ਪਿਛਲੀ ਵਾਰ ਨਾਲੋਂ ਦੇਖਿਆ ਜਾਵੇ, ਕਿਉਂਕਿ ਕਈ ਸਾਲ ਜਿਹੜੇ ਆ ਸਾਡੇ ਕਰੋਨਾ ਦੇ ਭੇਟ ਵੀ ਚੜੇ ਆ, ਉਹ ਸੰਗਤਾਂ ਦੇ ਵਿੱਚ ਇਸ ਵਾਰ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਵੇਖੋ, ਕਰੋਨਾ ਇੱਕ ਇੱਦਾਂ ਦੀ ਚੀਜ਼ ਸੀ ਜਿਹਦੇ ਕਰਕੇ ਸੰਗਤਾਂ ਘਾਟਾ ਪਈਆਂ, ਪਰ ਉਤਸ਼ਾਹ ਦੀ ਇੱਥੇ ਕਦੇ ਵੀ ਕਸਰ ਨਹੀਂ ਰਹਿੰਦੀ, ਹਰ ਸਾਲ ਵੱਧ ਤੋਂ ਵੱਧ ਸੰਗਤ ਆਉਂਦੀ ਆ, ਅਤੇ ਤੁਸੀਂ ਵੇਖੋਗੇ ਜਦੋਂ ਇੱਥੋਂ ਆਪਾਂ ਜਾਣਾ ਬਟਾਲੇ ਤੱਕ ਸੰਗਤ ਦੀ ਕੋਈ ਕਸਰ ਨਹੀਂ, ਲੋਕਾਂ ਦਾ ਬਹੁਤ ਉਤਸ਼ਾਹ ਰਹਿੰਦਾ ਹਮੇਸ਼ਾ ਇਸ ਦਿਹਾੜੇ ਨੂੰ ਮਨਾਉਣ ਵਾਸਤੇ। ਬਿਲਕੁਲ ਰਾਣਾ ਜੀ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਵਿਧਾਇਕ ਰਾਣਾ ਇੰਦਰ ਪ੍ਰਤਾਪ, ਕਿਉਂਕਿ ਹਰ ਇੱਕ ਤਰ੍ਹਾਂ ਦੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਨੇ, ਚਾਹੇ ਉਹ ਰਾਜਨੀਤਿਕ ਨੇ, ਸਮਾਜਿਕ ਨੇ ਜਾਂ ਧਾਰਮਿਕ ਚੀਜ਼ ਨਾਲ ਸੰਬੰਧਿਤ ਰੱਖਦੇ ਨੇ, ਤਾਂ ਹਰ ਤਰ੍ਹਾਂ ਦੇ ਲੋਕ ਜਿਹੜੇ ਇਸ ਨਗਰ ਕੀਰਤਨ ਦਾ ਹਿੱਸਾ ਬਣਨ ਲਈ ਪਹੁੰਚੇ ਨੇ। ਔਰ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਤੋਂ ਰਵਾਨਾ ਹੋ ਚੁੱਕਿਆ ਹੈ ਔਰ ਬਟਾਲਾ ਦੀ ਇਤਿਹਾਸਿਕ ਧਰਤੀ 'ਤੇ ਕਰੀਬ ਸ਼ਾਮ ਤੱਕ ਜ਼ਰੂਰ ਪਹੁੰਚ ਜਾਵੇਗਾ, ਔਰ ਉੱਥੋਂ ਦੇ ਇਤਿਹਾਸਿਕ ਗੁਰਦੁਆਰਾ ਸ਼੍ਰੀ ਸਤਿਕਰਤਾਰੀਆ ਸਾਹਿਬ ਉੱਥੇ ਜਾਣ ਪਹੁੰਚੇਗਾ, ਔਰ ਅਗਲੇ ਜਿਹੜੇ ਉੱਥੋਂ ਦੇ ਪ੍ਰੋਗਰਾਮ ਹੋਣਗੇ ਉਹ ਅਗਲੇ ਵੇਖਣ ਵਾਲੇ ਬਣਨਗੇ, ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈ ਸੰਗਤਾਂ ਜਦੋਂ ਇੱਥੋਂ ਪਹੁੰਚਣਗੀਆਂ ਔਰ ਉੱਥੇ ਜਾ ਕੇ ਗੁਰੂ ਸਾਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਕਰਨਗੀਆਂ,
और इस दे नाल ही बहुत सारे जिहड़े प्रबंध एस जी पी सी वालों भी खास तौर पर किए गए हैं। खास तौर पर इत्थे एस जी पी सी के जिहड़े प्रधान हरजिंदर सिंह धामी भी इत्थे आण पहुँचे आ, उन्होंने भी गुरु साहिबान का आशीर्वाद प्राप्त किया और इस बरात रूपी नगर कीर्तन का हिस्सा भी बने ने। और इस तो बाद देखने वाला होगा कि कदों इस सुल्तानपुर लोधी के वख वख पिंडां तों पड़ा तय करता होया नगर कीर्तन कदों तक बटाला की इतिहासिक धरती के गुरद्वारा श्री सतकरतारिया साहब विखे पहुँचेगा और उतों के जिहड़े प्रोग्राम वो देखने वाले होणगे। कैमरा परसन वरुण शर्मा के नाल चंद्रमड़िया, जगबणी टीवी, सुल्तानपुर लोधी।